ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਤੋਂ ਫਿਰ ਲਾਈਵ ਹੋਏ ਹਾਂ ਜੀ, ਨਵੀਆਂ ਡਰੈਸਿਸ ਦੇ ਸ਼ਰਾਰੇ ਗਰਾਰੇ ਲੈ ਕੇ। ਥੋੜ੍ਹਾ ਜਰਲੀ ਪਾ ਰਹੇ ਹਾਂ ਕਿਉਂਕਿ ਸ਼ਾਮ ਨੂੰ ਫਿਰ ਲੇਟ ਹੋ ਜਾਈਦਾ, ਅਤੇ ਵੀਡੀਓ ਹੋਰ ਵੀ ਸੂਟਸ ਵਾਲੀ ਵੀ ਪਹਿਣ ਵਾਲੀਆਂ ਹੁੰਦੀਆਂ ਨੇ, ਅਤੇ ਦੋ ਤਿੰਨ ਵੀਡੀਓ ਪੈਂਦੀਆਂ, ਇਸ ਕਰਕੇ ਨਾ ਅੱਜ ਥੋੜ੍ਹਾ ਅਰਲੀ ਪਾ ਰਹੇ ਹਾਂ। ਅੱਜ ਤੁਹਾਨੂੰ ਦਿਖਾਵਾਂਗੇ ਸ਼ਰਾਰੇ ਗਰਾਰੇ ਇੱਦਾਂ ਦੇ ਨਾ, ਪਾਕਿਸਤਾਨੀ ਸਟਾਈਲ, ਕੁਛ ਇੰਗਲਿਸ਼ ਕਲਰ ਅਤੇ ਕੁਛ ਬ੍ਰਾਈਟ ਕਲਰ। ਆਲੂ ਕਾਈ ਗਏ ਇਸਦੇ, ਆਹ ਦੇਖੋ ਜੀ। ਇੱਕ ਵਾਰੀ ਸਾਡੇ ਵਟਸਐਪ ਨੰਬਰ ਨੋਟ ਕਰ ਲਓ, ਆਹ ਸਾਡੇ ਵਟਸਐਪ ਨੰਬਰ ਨੇ ਜਿਹੜੇ ਤੁਹਾਨੂੰ ਅਸੀਂ ਹਰ ਵੀਡੀਓ ਸ਼ੋਅ ਕਰਦੇ ਹਾਂ ਜੀ। ਆਹੀ ਨੰਬਰਾਂ 'ਤੇ ਤੁਸੀਂ ਫੋਨ ਕਰਕੇ, ਮੈਸੇਜ ਕਰਕੇ ਜਾਂ ਸਕਰੀਨਸ਼ੋਟ ਲੈ ਕੇ ਤੁਸੀਂ ਆਪਣਾ ਆਰਟੀਕਲ ਬੁੱਕ ਕਰਵਾ ਸਕਦੇ ਹੋ, ਠੀਕ ਹੈ ਜੀ। ਲਓ ਜੀ, ਅੱਜ ਸ਼ੁਰੂ ਕਰਦੇ ਹਾਂ ਆਈਟਮ ਨੰਬਰ 1 ਤੋਂ। ਆਈਟਮ ਨੰਬਰ 1 ਜਿਹੜੀ ਹੈਗੀ ਜੀ, ਇਹ ਹੈਗਾ ਪਾਕਿਸਤਾਨੀ ਸ਼ਰਾਰਾ, ਪਿਓਰ ਸਿਲਕ ਦਾ ਮਿਰਰ ਵਰਕ ਦਾ। ਆਹ ਲੁੱਕ ਹੈਗੀ ਜੀ, ਸ਼ਾਰਟ ਸ਼ਰਟ ਦੇ ਨਾਲ ਪਾਕਿਸਤਾਨੀ ਜਾਫਰ ਸ਼ਰਾਰਾ। ਆਹ ਲੁੱਕ ਹੈਗੀ ਜੀ ਪੀਸ ਦੀ, ਪਿਓਰ ਸਿਲਕ ਦਾ, ਹੌਟ ਪਿੰਕ ਕਲਰ, ਮਜੈਂਟਾ ਕਲਰ ਆਉਂਦਾ ਨਾ ਜਿਹੜਾ ਜੀ, ਉਹ ਕਲਰ ਹੈਗਾ। ਫੁੱਲ ਬਾਜ਼ੂ 'ਤੇ ਵਰਕ ਹੈਗਾ, ਆਹ ਸਲੀਵਸ ਆਣਗੇ। ਆਹ ਇਹਦੀ ਸ਼ਰਟ ਆਏਗੀ ਜੀ, ਪੂਰੀ ਹੈਂਡ ਵਰਕ ਦੀ ਸ਼ਰਟ ਹੈ। ਟੋਟਲ ਮਿਰਰ, ਦਬਕਾ, ਪਿੱਟਾ, ਸਿਕਵਨ ਸਭ ਮਿਕਸ ਹੈ ਜੀ ਇਹਦੇ 'ਚ। ਨਾਲ ਇਹਦੇ ਨਾਲ ਆਏਗਾ ਸ਼ਰਾਰਾ ਜਾਫਾ, ਉਹ ਵੀ ਵਰਕ ਵਾਲਾ, ਸੇਮ ਫੈਬਰਿਕ ਦਾ ਸ਼ਰਾਰਾ ਜਾਫਾ ਹੈ ਜੀ। ਉਹਦੇ ਉੱਪਰ ਵੀ ਆਲ ਓਵਰ ਇਸ ਤਰ੍ਹਾਂ ਜਿਗ ਜੈਗ ਵਰਕ ਹੋਏਗਾ ਸਰ। ਨਾਲ ਦੁਪੱਟਾ ਜਿਹੜਾ ਹੈਗਾ, ਪਿਓਰ ਨੈੱਟ ਦਾ ਦੁਪੱਟਾ, ਦੇ 4 ਸਾਈਡ ਬਾਰਡਰ ਵਾਲਾ ਦੁਪੱਟਾ ਜੀ। ਆਹ ਦੁਪੱਟੇ 'ਤੇ ਵਰਕ ਹੈ, ਸੇਮ ਵਰਕ ਹੋਇਆ ਦੁਪੱਟੇ 'ਤੇ, 4 ਸਾਈਡ ਬਾਰਡਰ ਨੈੱਟ ਦਾ ਦੁਪੱਟਾ ਆਏਗਾ ਜੀ। ਆਹ ਲੁੱਕ ਹੈਗੀ ਹੈ ਆਲ ਓਵਰ ਪੀਸ ਦੀ, ਇਹ ਸਾਡੀ ਜਿਹੜੀ ਹੈਗੀ ਨਾ ਆਈਟਮ ਨੰਬਰ ਅੱਜ ਦੀ 1 ਹੈਗੀ ਹੈ ਜੀ, ਸ਼ੋਰਟ ਪਾਕਿਸਤਾਨੀ ਸ਼ਰਾਰਾ ਆਈਟਮ ਨੰਬਰ 1। ਰੇਟ ਆਏਗਾ 27,600, 27,601 ਆਈਟਮ ਨੰਬਰ 1 ਜੀ। ਨੈਕਸਟ ਆਰਟੀਕਲ ਵੀ ਇਹੀ ਕੰਸੈਪਟ ਹੈ, ਪਰ ਥੋੜਾ ਪੇਸਟਲ ਔਰ ਇੰਗਲਿਸ਼ ਕਲਰ ਹੈ ਜੀ। ਆਹ ਲੁੱਕ ਹੈਗੀ ਹੈ ਵਰਕ ਦੀ, ਵੀ ਨੈਕ ਆਏਗਾ ਫਰੰਟ ਤੋਂ, ਨੈਕ ਦਾ ਸਟਿਚਿੰਗ ਆਰਟ ਹੈ। ਇਹ ਹੈਗਾ ਮਿੰਟ ਗ੍ਰੀਨ ਕਲਰ ਜੀ। ਆਹ ਲੁੱਕ ਹੈਗੀ ਹੈ ਸਲੀਵਸ ਦੀਆਂ, ਫੁੱਲ ਬਾਜ਼ੂ 'ਤੇ ਵਰਕ ਆਏਗਾ, ਵੀ ਪਿਓਰ ਸਿਲਕ ਫੈਬਰਿਕ ਹੈ, ਬਿਲਕੁਲ ਲਾਈਟ ਵੇਟ ਕੁਆਲਿਟੀ ਹੈਗੀ ਹੈ, ਜਿਹੜੀ ਸਭ ਤੋਂ ਫਾਈਨ ਕੁਆਲਿਟੀ ਹੈ ਉਹ ਯੂਜ਼ ਕਰਦੇ ਹਾਂ ਰੈਡੀਮੇਡ ਸ਼ਰਾਰਿਆਂ ਦੇ ਵਿੱਚ ਨਾ, ਕਿਉਂਕਿ ਫੋਲ ਵਗੈਰਾ ਅੱਛੀ ਆਉਂਦੀ ਹੈ ਜੀ। ਆਹ ਸ਼ਰਟ ਦੇ ਉੱਤੇ ਸਕੈਲਪਿੰਗ ਹੈ ਸਾਰਾ ਬਾਰਡਰ ਦਾ, ਕੰਮ ਦੇਖਣਾ, ਮਿਰਰ, ਸੀਕੁਐਂਸ, ਦਬਕਾ, ਪਰਲ, ਰੇਸ਼ਮ, ਮਤਲਬ ਮਿਕਸ ਮਟੀਰੀਅਲ ਵਰਕ ਹੈ ਜੋ ਟੋਟਲ, ਸਾਰਾ ਹੈਂਡ ਦਾ ਕੰਮ ਹੈ। ਆਲੋ ਆਹ ਸ਼ੋਰਟ ਸ਼ਰਟ ਬਣੀ ਹੈ ਜੀ, ਇਸ ਤਰ੍ਹਾਂ ਦੇਖੋ। ਆਲੋ ਆਲੋ ਕਹੀ ਇੰਗਲਿਸ਼ ਕਲਰ ਦੀ ਨਾ ਸ਼ੋਰਟ ਸ਼ਰਟ ਦੇ ਨਾਲ, ਔਰ ਇਹਦਾ ਜਿਹੜਾ ਸ਼ਰਾਰਾ ਉਹ ਵੀ ਵਰਕ ਵਾਲਾ। ਆਹ ਸ਼ਰਾਰਾ ਆਏਗਾ, ਨੀਚੇ ਪੂਰਾ ਜਾਲ ਬਣਿਆ ਫਲੇਅਰ 'ਤੇ ਨਾ, ਪੂਰਾ ਜਾਲ ਆਏਗਾ। ਆਹ ਛੜੀਆਂ ਬਣੀਆਂ ਜੀ ਕਲੀਆਂ ਦੇ ਵਿੱਚ ਜੀ। ਆਹ ਲੁੱਕ ਆਏਗੀ ਪੀਸ ਦੀ, ਬਿਊਟੀਫੁਲ ਕਲਰ ਹੈ ਜੀ, ਬੜਾ ਹੀ ਪਿਆਰਾ ਕਲਰ ਹੈ, ਸੋਬਰ ਜੈਂਟਲੀ ਪੀਸ ਹੈਗਾ, ਪ੍ਰੋਪਰ ਪਾਰਟੀ ਵੇਅਰ ਸਟਾਈਲ ਦੇ ਵਿੱਚ ਹੈ। ਸ਼ੋਰਟ ਸ਼ਰਟ ਦੇ ਨਾਲ ਸ਼ਰਾਰਾ ਜਾਫਾ, ਨਾਲ ਦੁਪੱਟਾ ਜਿਹੜਾ ਆਏਗਾ ਉਹ ਨੈੱਟ ਦਾ ਹੈ ਜੀ, ਦੁਪੱਟੇ 'ਤੇ ਬਾਰਡਰ ਬਣਿਆ। ਆਹ ਦੁਪੱਟਾ ਆਏਗਾ 4 ਸਾਈਡ ਬਾਰਡਰ ਵਾਲਾ ਦੁਪੱਟਾ। ਆਹ ਲੁੱਕ ਆਏਗੀ ਜੀ ਪੂਰੇ ਪੀਸ ਦੀ, ਡੰਮੀ 'ਤੇ ਤਾਂ ਪਾਇਆ ਤੁਹਾਨੂੰ ਲੁੱਕ ਪਤਾ ਚੱਲੇਗੀ ਨਾ ਵੀ ਕਿੰਨੀ ਕੁ ਲੈਂਥ ਹੈਗੀ ਹੈ ਅਤੇ ਕੀ ਲੁੱਕ ਹੈਗੀ ਹੈ ਪੀਸ ਦੀ। ਆਹ ਲਓ ਜੀ, ਇਹ ਹੈ ਅੱਜ ਦੀ ਆਈਟਮ ਨੰਬਰ 2। ਰੇਟ ਆਏਗਾ 38,280, 38,280 ਜੀ, ਸ਼ੋਰਟ ਸ਼ਰਟ ਦੇ ਨਾਲ ਪਾਕਿਸਤਾਨੀ ਸ਼ਰਾਰਾ। ਲਿਓ ਬੇਟਾ ਨੈਕਸਟ। ਨੈਕਸਟ ਆਰਟੀਕਲ ਵੀ ਗਰਾਰੇ ਦੇ ਵਿੱਚ ਹੈਗਾ ਜੀ, ਸ਼ੋਰਟ ਸ਼ਰਟ ਨਾਲ ਨਾ ਗਰਾਰਾ ਆਏਗਾ, ਇਹ ਸਾਰਾ ਪਲ ਦਾ ਕੰਮ ਹੈ ਜੀ। ਆਹ ਦੇਖੋ ਇਸ ਤਰ੍ਹਾਂ ਆਏਗੀ ਸ਼ੋਰਟ ਸ਼ਰਟ ਹੈਗੀ, ਪੀਕੋਕ ਬਲੂ ਕਲਰ ਆਏਗਾ ਜੀ, ਪਿਓਰ ਜੋਰਜਟ ਦੇ ਉੱਪਰ ਸਲੀਵਸ ਲੱਗ ਜਾਣਗੇ ਨਾਲ ਇਹਦੇ ਵੀ। ਆਹ ਪੂਰੇ ਘੇਰੇ 'ਤੇ ਵੀ ਵਰਕ ਹੈ ਸਾਰਾ ਹੈਂਡ ਦਾ। ਨਾਲ ਆਏਗਾ ਗਰਾਰਾ, ਸ਼ੋ ਕਰਦੀ ਬੇਟੇ ਗਰਾਰਾ। ਆਹ ਗਰਾਰਾ ਜੀ, ਜਿਸ ਤਰ੍ਹਾਂ ਨਾ ਪ੍ਰੋਫਿਟਿੰਗ ਨੀਚੋ ਫਲੇਅਰ ਵਾਲਾ, ਪੀਕੋਕ ਬਲੂ ਕਲਰ ਹੈ ਜੀ, ਬੈਕ ਵੀ ਅੱਛੀ ਬਣੀ ਹੋਈ ਹੈ। ਆਹ ਬੈਕ ਆਏਗੀ, ਬੈਕ ਡੀਪ ਹੈ, ਡੋਰੀ ਹੈ, ਬੈਕ 'ਤੇ ਬਾਰਡਰ ਵੀ ਬਣਿਆ। ਆਹ ਲੁੱਕ ਹੈਗੀ ਹੈ ਪੀਸ ਦੀ, ਸ਼ੋਰਟ ਸ਼ਰਟ ਦੇ ਨਾਲ ਗਰਾਰਾ ਹੈਗਾ, ਇਹ ਵੀ ਗਰਲਿਸ਼ ਲੁੱਕ ਹੈ, ਨਾਲ ਦੁਪੱਟਾ ਜਿਹੜਾ ਹੈਗਾ ਉਹ ਚੌਕਰ ਸਟਾਈਲ ਦੇ ਵਿੱਚ ਹੈ। ਆਹ ਦੁਪੱਟਾ ਜੀ ਇਹਦਾ ਚੌਕਰ ਸਟਾਈਲ ਦੁਪੱਟਾ ਆਏਗਾ, ਬਟਰਫਲਾਈ ਲੁੱਕ ਦੇ ਵਿੱਚ। ਆਲੋ ਜੀ, ਬਿਊਟੀਫੁਲ ਪੀਕੋ ਕਲਰ, ਕੰਮ ਜਿਹੜਾ ਹੈਗਾ ਪਰਲ ਵਰਕ ਹੈ ਸਾਰਾ, ਜਵੈਲਰੀ ਦਾ। ਆਈਟਮ ਨੰਬਰ ਇਹ ਹੈਗੀ ਹੈ ਜੀ ਅੱਜ ਦੀ 3 ਹੈਗੀ ਹੈ। ਆਲੋ ਜੀ, 3 ਨੰਬਰ ਆਈਟਮ ਹੈ, ਰੇਟ ਆਏਗਾ 19,440, 19,440 ਆਈਟਮ ਨੰਬਰ 3।
ਨੈਕਸਟ ਆਰਟੀਕਲ ਹੈ ਜਿਹੜਾ ਜੀ ਉਹ ਥਰੈਡ ਵਰਕ ਚ ਸ਼ਰਾਰਾ ਸ਼ਾਰਟ ਸ਼ਰਟ ਹੈਗੀ ਸਕਾਈ ਬਲੂ ਕਲਰ ਆਏਗਾ ਜੀ ਇਹ ਸਾਡਾ ਡਿਜ਼ਾਇਨ ਕਾਫੀ ਅੱਛਾ ਪਾਸ ਹੋਇਆ ਇਹ ਸਾਰਾ ਰੇਸ਼ਮ ਦੇ ਵਿੱਚ ਬਣਿਆ ਇਸ ਤਰ੍ਹਾਂ ਆਹ ਲੋਕ ਆਏਗੀ ਚਿਕਨਕਾਰੀ ਦੇ ਵਿੱਚ ਨਾ ਨੀਚੇ ਬਾਰਡਰ ਕੰਟਰਾਸਟ ਹੋਏਗਾ ਆਹ 3-4 ਸਲੀਵਸ ਹੈਗੀ ਨਾਲ ਫੁੱਲ ਬਾਜੂ ਤੇ ਵਰਕ ਹੈ ਔਰ ਸ਼ਰਾਰਾ ਜਿਹੜਾ ਆਏਗਾ ਬਾਰਡਰ ਵਾਲਾ ਖੁੱਲਾ ਸ਼ਰਾਰਾ ਇਹਦੇ ਨਾਲ ਕੰਟਰਾਸਟ ਬਾਰਡਰ ਹੈਗਾ ਜੋਰਜਟ ਦਾ ਇਹ ਵੀ ਪਿਓਰ ਜੋਰਜਟ ਦੇ ਫਰੰਟ ਬੈਕ ਸੇਮ ਆਏਗੀ ਜੀ ਆਹ ਇਹਦੀ ਬੈਕ ਹੈਗੀ ਬੈਕ ਡੋਰੀ ਹੈ ਬੈਕ ਤੇ ਵੀ ਸੇਮ ਵਰਕ ਹੈ ਬਾਰਡਰ ਹੈ ਔਰ ਦੁਪੱਟਾ ਜਿਹੜਾ ਹੈ ਬਿਊਟੀਫੁਲ ਦੁਪੱਟਾ ਹੈਗਾ ਕੰਟਰਾਸਟ ਦੁਪੱਟਾ ਆਏਗਾ ਪਿਓਰ ਸੀਕੁਐਂਸ ਦਾ ਜਾਲ ਹੈ ਦੁਪੱਟੇ ਦੇ ਵਿੱਚ 4 ਸਾਈਡ ਬਾਰਡਰ ਵਿਦ ਜਾਲ ਆਏਗਾ ਜੀ ਕੰਟਰਾਸਟ ਅੱਛਾ ਸਕਾਈ ਬਲੂ ਇੰਟੂ ਪਿੰਕ ਦਾ ਕੰਬੀਨੇਸ਼ਨ ਹੈ ਆਹ ਦੁਪੱਟਾ ਆਏਗਾ ਇਹਦਾ ਹੈਵੀ ਲੁੱਕ ਦੁਪੱਟਾ ਹੈ ਸ਼ਰਾਰਾ ਲਾਈਟ ਹੈਗਾ ਔਰ ਸ਼ਰਟ ਵੀ ਅੱਛੀ ਬਣੀ ਹੋਈ ਹੈ ਇਹ ਕੰਟਰਾਸਟ ਕੰਬੀਨੇਸ਼ਨ ਦੇ ਵਿੱਚ ਹੈਗਾ ਜੀ ਆਈਟਮ ਨੰਬਰ ਆਈ ਦੀ 4 ਹੈ ਰੇਟ ਆਏਗਾ 9430 ਆਈਟਮ ਨੰਬਰ 4 ਨੈਕਸਟ ਆਰਟੀਕਲ ਦਿਖਾ ਰਿਹਾ ਤੁਹਾਨੂੰ ਹਾਈ ਲੋ ਦੇ ਵਿੱਚ ਇਹ ਪ੍ਰਿੰਟਡ ਦੇ ਵਿੱਚ ਹੈ ਜੀ ਇਹਦੀ ਜਿਹੜੀ ਸ਼ਰਟ ਹੈ ਨਾ ਹਾਈ ਲੋ ਦੇ ਵਿੱਚ ਹੈਗੀ ਹੈ ਇਸ ਤਰ੍ਹਾਂ ਟੇਲ ਸਟਾਈਲ ਹੁੰਦਾ ਨਾ ਫਰੰਟ ਸ਼ੋਰਟ ਸਾਈਡ ਲੌਂਗ ਬੈਕ ਲੌਂਗ ਇਹ ਉਹ ਕਨਸੈਪਟ ਹੈਗਾ ਸੱਤੇ ਪੋਲ ਡਿਜੀਟਲ ਪ੍ਰਿੰਟਿੰਗ ਹੈਗੀ ਸਾਰੀ ਜੀ ਆਹ ਦੇਖੋ ਪ੍ਰਿੰਟਡ ਨੂੰ ਸਾਰਾ ਹੈਂਡ ਵਰਕ ਨਾਲ ਹਾਈਲਾਈਟ ਕੀਤਾ ਆਹ ਲੁੱਕ ਹੈ ਜੀ ਹਾਈ ਲੋ ਦੇ ਵਿੱਚ ਇਸ ਤਰ੍ਹਾਂ ਆਏਗਾ ਹਾਈ ਲੋ ਆਹ ਦੇਖੋ ਨਾਲ ਪ੍ਰਿੰਟਡ ਹੀ ਸ਼ਰਾਰਾ ਬਲੂ ਕਲਰ ਦਾ ਇਹਦੀ ਵੀ ਬੈਕ ਫਰੰਟ ਦੋਨੋਂ ਇਸ ਤਰ੍ਹਾਂ ਹੀ ਆਣਗੇ ਆ ਫਲੇਅਰ ਦੇਖੋ ਤੁਹਾਨੂੰ ਕੱਟ ਸਟਾਈਲ ਨਜ਼ਰ ਆਏਗਾ ਘੁਮਾ ਕੇ ਤਾਂ ਦਿਖਾ ਰਿਹਾ ਕਿ ਪ੍ਰੋਪਰ ਕੱਟ ਸਟਾਈਲ ਨਜ਼ਰ ਆਏ ਸਕਾਈ ਬਲੂ ਇੰਟੂ ਡਾਰਕ ਬਲੂ ਦਾ ਕੰਬੀਨੇਸ਼ਨ ਹੈ ਨਾਲ ਦੁਪੱਟਾ ਇਹਦੇ ਨਾਲ ਵੀ ਨੈੱਟ ਦਾ ਫੁੱਲ ਬਾਜ਼ੂ ਲੱਗੇ ਹੋਏ ਨੇ ਫੈਬਰਿਕ ਜਿਹੜਾ ਹੈਗਾ ਕਰੇਪ ਹੈਗਾ ਡਿਜੀਟਲ ਪ੍ਰਿੰਟਿੰਗ ਹੈ ਉਹਦੇ ਉੱਪਰ ਸਾਰਾ ਹਾਈਲਾਈਟ ਵਰਕ ਹੈਗਾ ਹੈਂਡ ਵਰਕ ਲਓ ਜੀ ਆਹ ਲੁੱਕ ਹੈਗੀ ਦੁਪੱਟੇ ਦੀ ਵੀ ਆਈਟਮ ਨੰਬਰ ਜਿਹੜੀ ਹੈਗੀ ਹੈ ਜੀ ਅੱਜ ਦੀ 5 ਹੈਗੀ ਹੈ ਰੇਟ ਆਏਗਾ 8550 ਆਈਟਮ ਨੰਬਰ 5 ਹੈਲੋ ਰਿਦਮ ਜੀ ਹਾਂ ਬਲੈਕ ਚ ਵੀ ਦਿਖਾਉਂਦੇ ਹਾਂ ਜੀ ਬਲੈਕ ਚ ਆਣਗੇ ਕਨਸੈਪਟ ਉਹ ਵੀ ਦਿਖਾਵਾਂਗੇ ਪਹਿਲੇ ਤੁਹਾਨੂੰ ਆਹ ਦਿਖਾ ਦਈਏ ਫਿਰ ਬਲੈਕ ਸ਼ੋ ਕਰਾਂਗੇ ਇਹ ਵੀ ਪੈਪਲਮ ਸਟਾਈਲ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਬੰਬੇ ਪ੍ਰਿੰਟਿੰਗ ਫੁੱਲ ਬਾਜ਼ੂ ਆਣਗੇ ਇਸ ਤਰ੍ਹਾਂ ਦੇਖੋ ਆਹ ਹੈਗੇ ਕੁੜਤਾ ਪੱਟੀ ਨੈਕ ਫਰੰਟ ਤੇ ਬੈਲਟ ਆ ਗਈ ਆਹ ਪੈਪਲਮ ਸਟਾਈਲ ਹੈ ਇਹਦਾ ਡਿਜੀਟਲ ਪ੍ਰਿੰਟਿੰਗ ਦੇ ਨਾ ਹਾਈਲਾਈਟ ਕੀਤਾ ਹੋਇਆ ਔਰ ਸ਼ਰਾਰਾ ਆਏਗਾ ਇਸ ਤਰ੍ਹਾਂ ਲੇਅਰ ਦੇ ਵਿੱਚ ਕਲੀਆਂ ਆਣਗੇ ਕੰਟਰਾਸਟ ਡਾਰਕ ਪੀਚ ਲਾਈਟ ਪੀਚ ਬਾਰਡਰ ਪ੍ਰਿੰਟਡ ਹੈ ਇਹਦਾ ਸ਼ਰਾਰੇ ਦਾ ਵੀ ਐਸ ਡੀ ਸੀ ਬੈਕ ਬਣੀ ਹੈ ਆਹ ਦੇਖੋ ਸ਼ਾਰਟ ਪੈਪਲਮ ਵਿਦ ਸ਼ਰਾਰਾ ਹੈ ਜੀ ਸਾਰਾ ਹਾਈਲਾਈਟਡ ਹੈ ਵੀ ਹੈਂਡ ਵਰਕ ਦੇ ਨਾਲ ਸਰਵੋਸਕੀ ਜ਼ਰਕੋਨ ਦੇ ਨਾਲ ਨਾ ਹਾਈਲਾਈਟ ਕੀਤਾ ਪੀਸ ਨੂੰ ਵੀ ਲੁੱਕ ਹੈਵੀ ਹੈ ਬਸ ਹੈ ਲਾਈਟ ਵੇਟ ਪਾਰਟੀ ਵੇਅਰ ਆਈਟਮ ਹੈ ਜੀ ਇਹ ਵੀ ਜਿੱਦਾਂ ਮਰਜ਼ੀ ਵੇਅਰ ਕਰੋ ਫੈਬਰਿਕ ਜਿਹੜਾ ਆਏਗਾ ਕਰੇਪ ਆਏਗਾ ਦੁਪੱਟਾ ਇਹਦਾ ਪ੍ਰਿੰਟਡ ਹੈ 4 ਸਾਈਡ ਨੈੱਟ ਦਾ ਦੁਪੱਟਾ ਹੋਇਆ ਜੀ ਪ੍ਰਿੰਟਡ ਬਾਰਡਰ ਦੇ ਨਾਲ ਆਹ ਲੁੱਕ ਕਰੋ ਬੇਟਾ ਆਈਟਮ ਨੰਬਰ 6 ਅੱਜ ਦੀ ਜੀ ਰੇਟ ਆਏਗਾ 9000 ਆਈਟਮ ਨੰਬਰ 6 ਨੈਕਸਟ ਆਰਟੀਕਲ ਜਿਹੜਾ ਹੈਗਾ ਨਾ ਉਹ ਵੀ ਪੈਪਲਮ ਦੇ ਵਿੱਚ ਹੈ ਪਰ ਕਲਰ ਬਿਊਟੀਫੁਲ ਮਤਲਬ ਲਾਈਟ ਗ੍ਰੀਨ ਹੈ ਜੀ ਬਿਲਕੁਲ ਲਾਈਟ ਗ੍ਰੀਨ ਜਿਹੜਾ ਹੁੰਦਾ ਨਾ ਮਿੰਟ ਕਲਰ ਉਹ ਕਲਰ ਹੈਗਾ ਜੀ ਆਹ ਪੈਪਲਮ ਹੈਗੀ ਇਹਦੇ ਨਾਲ ਸਟੈਪਸ ਵਾਲੀ ਨਾ ਸਾਰਾ ਮਲਟੀ ਥਰੈਡ ਦਾ ਕੰਮ ਹੈ ਫਰੰਟ ਤੇ ਸਟੋਨ ਵਰਕ ਵੀ ਔਰ ਮਲਟੀ ਥਰੈਡ ਵੀ ਹੈ ਆਹ ਇਹਦੀ ਪੈਪਲਮ ਆਏਗੀ ਸਾਰੀ ਵਰਕ ਵਾਲੀ ਚਨੋਨ ਫੈਬਰਿਕ ਹੈ ਜੀ ਵਿਦ ਬਾਰਡਰ ਬਣੇ ਆ ਇਸ ਤਰ੍ਹਾਂ ਜ਼ਿਗਜ਼ੈਗ ਹੈਗਾ ਸਾਰਾ ਸੀਕੁਐਂਸ ਦਾ ਪਿਓਰ ਚਨੋਨ ਫੈਬਰਿਕ ਹੈ ਆਹ ਬਾਰਡਰ ਬਣੇ ਨੀਚੇ ਇਹ ਪੈਪਲਮ ਦੇ ਫਲੇਅਰ ਤੇ ਬਾਰਡਰ ਹੈ ਨਾਲ ਸ਼ਰਾਰਾ ਆਏਗਾ ਖੁੱਲਾ ਜਾਫਾ ਕੰਟਰਾਸਟ ਬਾਰਡਰ ਵਾਲਾ ਨਾ ਪਿਓਰ ਜੋਰਜਟ ਦਾ ਜਾਫਾ ਐਜ਼ ਇਟ ਇਜ਼ ਇਹਦੀ ਬੈਕ ਹੈ ਆਹ ਬੈਕ ਆਏਗੀ ਬੈਕ ਵੀ ਨਾਈਸ ਬਣੀ ਹੈ ਜੀ ਫਰੰਟ ਔਰ ਬੈਕ ਦੋਨੋਂ ਅੱਛੀ ਬਣੀ ਹੈ ਪਿਓਰ ਚਨੋਨ ਫੈਬਰਿਕ ਦੇ ਉੱਪਰ ਹੈ ਬਾਜ਼ੂ ਇਹਦੇ ਨਾਲ ਲੱਗ ਜਾਣਗੇ ਜਿੰਨੇ ਤੁਸੀਂ ਕਹੋਗੇ ਆਹ ਲੁੱਕ ਹੈਗੀ ਹੈ ਜੀ ਪੀਸ ਦੀ ਸ਼ੋਰਟ ਪੈਪਲਮ ਵਿਦ ਜਾਫਾ ਦੁਪੱਟਾ ਜਿਹੜਾ ਆਏਗਾ ਉਹ ਨੈੱਟ ਦਾ ਹੋਏਗਾ ਕੰਟਰਾਸਟ ਦੁਪੱਟਾ ਜੀ 4 ਸਾਈਡ ਬਾਰਡਰ ਵਿਦ ਬੂਟੀ ਆਏਗੀ ਦੁਪੱਟੇ 'ਚ ਇਹ ਹੈਗਾ ਗ੍ਰੀਨ ਇੰਟੂ ਪਿੰਕ ਦਾ ਕੰਬੀਨੇਸ਼ਨ ਹੈਗਾ ਲਓ ਜੀ ਆਹ ਲੁੱਕ ਹੈਗੀ ਪੀਸ ਦੀ ਬਹੁਤ ਪਿਆਰਾ ਕੰਸੈਪਟ ਹੈ ਇਹ ਵੀ ਗਰਲਿਸ਼ ਲੁੱਕ ਹੈ ਨਿਊ ਕੰਸੈਪਟ ਹੈਗਾ 7 ਨੰਬਰ ਆਈਟਮ ਹੈ ਜੀ 24920 24920 ਆਈਟਮ ਨੰਬਰ 7 ਨੈਕਸਟ ਆਰਟੀਕਲ ਦਿਖਾ ਰਿਹਾ ਤੁਹਾਨੂੰ ਯੈਲੋ ਕਲਰ ਦੇ ਵਿੱਚ ਕਲਰ ਦੇਖੋ ਜੀ ਕਿੰਨਾ ਬਿਊਟੀਫੁਲ ਕਲਰ ਹੈ ਜੀ ਸਰੋਂ ਫੁੱਲਾ ਯੈਲੋ ਸ਼ਾਰਟ ਸ਼ਰਟ ਹੈਗੀ ਇਹਦੀ ਵੀ ਹੈਂਡ ਵਰਕ ਦੀ ਸਾਰੀ ਆਹ ਲੁੱਕ ਆਏਗੀ ਨੈਕ ਲਾਈਨ ਦੀ ਫੁੱਲ ਸਲੀਵਸ ਹੈਗੇ ਨੇ ਜੀ ਪੂਰੇ ਵਰਕ ਵਾਲੇ ਹੈਂਡ ਵਰਕ ਵਾਲੇ ਗੋਟਾ ਪੱਟੀ
ਦਬਕਾ ਰੇਸ਼ਮ ਇਹਦੇ ਵਿੱਚ ਮਿਕਸ ਹੈ ਸਾਰਾ ਵਰਕ ਅੱਜ ਦੇ ਚੌਕਾਂ ਦੇ ਕੰਮ ਆਏਗਾ ਆ ਲਓ ਅੱਜ ਦੇ ਨਾ ਚੌਕ ਤੇ ਵਰਕ ਹੈ ਘੇਰੇ ਤੇ ਵੀ ਵਰਕ ਹੈ ਸ਼ਰਾਰਾ ਆਏਗਾ ਇਸ ਤਰ੍ਹਾਂ ਹੀ ਜਿਗ ਜੈਕ ਲਾਈਨਿੰਗ ਸਾਰਾ ਨਾ ਕੱਲੀਆਂ ਦੇ ਵਿੱਚ ਟੋਟਲ ਸ਼ਰਾਰੇ ਦੇ ਵਰਕ ਹੈਗਾ ਯੈਲੋ ਕਲਰ ਦਾ ਜੀ ਇਹ ਬੈਕ ਵੀ ਤੁਹਾਨੂੰ ਸ਼ੋ ਕਰਦੇ ਹਾਂ ਆ ਲਓ ਆਹ ਬੈਕ ਆਏਗੀ ਬੈਕ ਤੇ ਡੋਰੀ ਆ ਨੈਕ ਲਾਈਨ ਬਣੀ ਹੋਈ ਹੈ ਆਹ ਡੋਰੀ ਆਹ ਬੈਕ ਤੇ ਵਰਕ ਹੈਗਾ ਸ਼ਾਰਟ ਸ਼ਰਟ ਵਿਦ ਖੁੱਲਾ ਜਾਫਾ ਪੂਰਾ ਫਲੇਅਰ ਵਾਲਾ ਸ਼ਰਾਰਾ ਜਾਫਾ ਹੈ ਨਾਲ ਦੁਪੱਟਾ ਦੇ ਜਿਹੜਾ ਸ਼ੋ ਕਰਾਂਗੇ ਉਹ ਫੋਰ ਸਾਈਡ ਬਾਰਡਰ ਦੁਪੱਟਾ ਜੀ ਆਹ ਦੁਪੱਟਾ ਇਹਦਾ ਨੈਟ ਦਾ ਦੁਪੱਟਾ ਸਾਰਾ ਹੈਂਡ ਵਰਕ ਬਾਰਡਰ ਦੇ ਨਾਲ ਲਓ ਜੀ ਇਹ ਹੈਗੀ ਹੈ ਅੱਜ ਦੀ ਆਈਟਮ ਨੰਬਰ 8 ਹੈ ਰੇਟ ਆਏਗਾ 25,900 25,900 ਜੀ ਆਈਟਮ ਨੰਬਰ 8 ਯੈਲੋ ਕਲਰ ਦਾ ਪੀਸ ਹੈ ਜੀ ਪਿਓਰ ਸਿਲਕ ਚ ਹੁਣ ਦਿਖਾ ਰਹੇ ਬਲੈਕ ਚ ਇਹ ਹੈਗਾ ਜੀ ਇੰਡੋ ਵੈਸਟਰਨ ਇਹ ਹੈਗਾ ਜੈੱਟ ਬਲੈਕ ਕਲਰ ਪਿਓਨ ਚਨੋਨ ਫੈਬਰਿਕ ਹੈ ਇਹਦਾ ਵਰਕ ਨੇੜੇ ਕਰਕੇ ਤੁਹਾਨੂੰ ਸ਼ੋ ਕਰਦੇ ਆ ਪਹਿਲੇ ਸਲੀਵਸ ਤੋਂ ਆਹ ਸਲੀਵਸ ਨੇ ਬੈਲ ਜਿਹਦੇ ਉੱਪਰ ਕਿ ਰੇਸ਼ਮ ਦੇ ਬੂਟੇ ਬਣੇ ਹੋਏ ਨੇ ਥਰੈਡ ਵਰਕ ਦੇ ਨਾ ਬੈਲ ਬਾਜ਼ੂ ਆਣਗੇ ਮੁਰਿਓ ਇਹਦੇ ਨੀਚੇ ਬਲਾਊਜ਼ ਹੈ ਇਹ 4 ਪੀਸ ਇਹਦੇ ਵਿੱਚ ਹੈ ਜੀ ਬਲਾਊਜ਼ ਹੈਗਾ ਆਹ ਇਹਦੀ ਜੈਕਟ ਤੇ ਵਰਕ ਹੈ ਪੂਰਾ ਫਰੰਟ ਓਪਨ ਜੈਕਟ ਹੈਗੀ ਨਾਲ ਔਰ ਇਹਦੇ ਨੀਚੇ ਆਏਗਾ ਲਹਿੰਗਾ ਅੱਛਾ ਚਨੋਨ ਫੈਬਰਿਕ ਦਾ ਲਹਿੰਗਾ ਵਿਦ ਦੁਪੱਟਾ ਵੀ ਆਏਗਾ ਨੈੱਟ ਦਾ ਨਾਲ ਦੁਪੱਟਾ ਵੀ ਤੁਹਾਨੂੰ ਦੇਵਾਂਗੇ ਆਹ ਇਹਦੀ ਬੈਕ ਹੈਗੀ ਹੈ ਇਹ 3 ਪੀਸ ਹੈ ਮਤਲਬ 4 ਪੀਸ ਇੰਡੋ ਵੈਸਟਰਨ ਹੈ ਜੀ ਬਲਾਊਜ਼ ਲਹਿੰਗਾ ਜੈਕਟ ਐਂਡ ਦੁਪੱਟਾ ਇਹ ਆਏਗਾ ਜੈੱਟ ਬਲੈਕ ਕਲਰ ਕੰਮ ਜਿਹੜਾ ਹੈਗਾ ਸਾਰਾ ਮੈਟ ਫਿਨਿਸ਼ ਹੈ ਕੋਈ ਓਵਰ ਸ਼ਾਈਨੀ ਨਹੀਂ ਹੈ ਆਹ ਲੁੱਕ ਦੇਖ ਸਕਦੇ ਹੋ ਵਰਕ ਦੀ ਇਹਦੀ ਹੈਂਡ ਵਰਕ ਕੀਤਾ ਹੋਇਆ ਸਾਰੇ ਜੈਕਟ ਤੇ ਵੀ ਬਲਾਊਜ਼ ਤੇ ਵੀ ਮਤਲਬ ਥਰੈਡ ਦਾ ਵਰਕ ਹੈ ਥਰੈਡ ਨੂੰ ਹਾਈਲਾਈਟ ਕੀਤਾ ਹੈ ਫਰੰਟ ਓਪਨ ਆਏਗਾ ਜੀ ਇਹਦਾ ਸਕਰਟ ਦੇ ਵਿੱਚ ਨਾ ਆ ਲਓ ਆਈਟਮ ਨੰਬਰ ਅੱਜ ਦੀ ਹੈਗੀ ਹੈ 9 ਰੇਟ ਆਏਗਾ 15,130 15,130 ਜੀ ਆਈਟਮ ਨੰਬਰ 9 ਨੈਕਸਟ ਆਰਟੀਕਲ ਹੈ ਜੀ ਹੁਣ ਲਹਿੰਗਾ ਚੋਲੀ ਸ਼ੁਰੂ ਕਰਨ ਲੱਗੇ ਤੁਹਾਨੂੰ ਲਾਈਟ ਵੇਟ ਔਰ ਗਰਲਿਸ਼ ਜਿਹੜੇ ਪਾਰਟੀ ਲੁੱਕ ਦੇ ਲਹਿੰਗਾ ਚੋਲੀ ਹੋਣਗੇ ਸੈਲਫ ਮੈਚਿੰਗ ਦੇ ਵਿੱਚ ਦੇਖੋ ਚੋਲੀ ਬਣੀ ਹੈ ਇਹਦੀ ਸਾਰੀ ਹੈਂਡ ਵਰਕ ਦੀ ਨਾ ਬੇਬੀ ਪਿੰਕ ਕਲਰ ਆਏਗਾ ਜੀ ਪਿਓਰ ਜੋਰਜਟ ਦਾ ਲਹਿੰਗਾ ਇਹ ਵੀ ਸਾਰਾ ਬਲਾਊਜ਼ ਵਰਕ ਵਾਲਾ ਇਹਦਾ ਦੇਖੋ ਪੂਰੀ ਚੋਲੀ ਦੇ ਵਰਕ ਹੈਗਾ ਹੈਂਡ ਵਰਕ ਸਾਰਾ ਪਰਲ ਸੀਕੁਐਂਸਰ ਕੋਨ ਸਾਰਾ ਮਿਕਸ ਹੈ ਆਹ ਇਹਦਾ ਲਹਿੰਗਾ ਆਏਗਾ ਜਿਹਦੇ ਵਿੱਚ ਕਿ ਬੂਟੀਆਂ ਬਣੀਆਂ ਆਲ ਓਵਰ ਪਿਓਰ ਜੋਰਜਟ ਦੇ ਲਹਿੰਗੇ ਤੇ ਇਸ ਤਰ੍ਹਾਂ ਹੀ ਨੀਚੇ ਬਾਰਡਰ ਆਏਗਾ ਬਰੀਕ ਜਿਹਾ ਕਟਰਾਣੇ ਦਾ ਪਰਲ ਦਾ ਨਾਲ ਸਾਟਨ ਦਾ ਬਾਰਡਰ ਹੈ ਵਿੱਚ ਇਹਦੇ ਨਾਲ ਵੀ ਸਲੀਵਸ ਲੱਗ ਜਾਣਗੇ ਜੀ ਇਹ ਬੇਬੀ ਪਿੰਕ ਕਲਰ ਦਾ 2 ਪੀਸ ਲਹਿੰਗਾ ਚੋਲੀ ਹੈ ਇਹਦੀ ਬੈਲਟ ਜਿਹੜੀ ਹੈ ਨਾ ਲਹਿੰਗੇ ਦੀ ਉਹ ਵੀ ਵਰਕ ਵਾਲੀ ਹੈ ਆਹ ਦੇਖੋ ਸ਼ੋ ਕਰ ਰਹੇ ਨੇ ਬੈਕ ਡੋਰੀ ਹੈ ਬੈਕ ਤੇ ਵੀ ਪੂਰਾ ਵਰਕ ਹੈ ਚੋਲੀ ਦੇ ਵੀ ਨੈਕ ਬਣਿਆ ਬੈਕ ਤੋਂ ਬੇਬੀ ਪਿੰਕ ਕਲਰ ਦਾ ਪਿਓਰ ਜੋਰਜਟ ਦਾ ਲਹਿੰਗਾ ਚੋਲੀ ਹੈ ਆਹ ਲਓ 2 ਪੀਸ ਲਹਿੰਗਾ ਚੋਲੀ ਫਲੇਅਰ ਦੇਖ ਲਓ ਲਹਿੰਗੇ ਦਾ ਕਿੰਨਾ ਪਿਆਰਾ ਫਲੇਅਰ ਹੈ ਕਲਰ ਵੀ ਯੂਨੀਕ ਹੈ ਜਿੱਦਾਂ ਸਮਰ ਦੇ ਵਿੱਚ ਪਹਿਨੇ ਆਇਆ ਬਹੁਤ ਨਾਈਸ ਲੱਗਦਾ ਪਾਇਆ ਕਲਰ ਹੈ ਸ਼ਗਨਾ ਵਾਲਾ ਕਲਰ ਹੈ ਜੀ 2 ਪੀਸ ਲਹਿੰਗਾ ਚੋਲੀ ਆਈਟਮ ਨੰਬਰ ਇਹ ਹੈਗੀ ਜੀ ਅੱਜ ਦੀ 10 ਹੈ 10 ਨੰਬਰ ਆਈਟਮ ਹੈ ਰੇਟ ਆਏਗਾ 21,360 21,360 2 ਪੀਸ ਲਹਿੰਗਾ ਚੋਲੀ ਹੁਣ ਤੁਹਾਨੂੰ ਸ਼ੋ ਕਰਦੇ ਆ ਸ਼ੋਰਟ ਸ਼ਰਟ ਦੇ ਨਾਲ ਲਹਿੰਗਾ ਜਿਹੜੇ ਕਨਸੈਪਟ ਹੈ ਨਾ ਥੋੜੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਲੱਗ ਅਲੱਗ ਹੀ ਸ਼ੋ ਕਰੀਏ ਤੁਹਾਨੂੰ ਤੇ ਕਲਰ ਸਕੀਮ ਵੀ ਅਲੱਗ ਅਲੱਗ ਹੋਏਗੀ ਆ ਲਓ ਸੀ ਗ੍ਰੀਨ ਕਲਰ ਹੈ ਜੀ ਆਹ ਲੁੱਕ ਆਏਗੀ ਸ਼ੋਰਟ ਸ਼ਰਟ ਦੀ ਸਾਰਾ ਹੈਂਡ ਵਰਕ ਹੈ ਸੈਲਫ ਮੈਚਿੰਗ ਦੇ ਵਿੱਚ ਪੂਰੇ ਪੈਨਲ ਤੇ ਵਰਕ ਹੈ ਸੈਂਟਰ ਹਲਕਾ ਜਿਹਾ ਘੱਟ ਹੈ ਇਹਦੇ ਆਹ ਸਲੀਵਸ ਆਣਗੇ ਜੀ ਬੈਲ ਨਾਲ ਫੁੱਲ ਵਰਕ ਵਾਲੇ ਸਲੀਵਸ ਨੇ ਬੈਲ ਸਲੀਵਸ ਆਣਗੇ ਪਿਓਰ ਜੋਰਜਟ ਮਤਲਬ ਪਿਓਰ ਸਿਲਕ ਦੀ ਸ਼ਰਟ ਹੈ ਜੋਰਜਟ ਦੇ ਸਲੀਵਸ ਨੇ ਔਰ ਲਹਿੰਗਾ ਜਿਹੜਾ ਆਏਗਾ ਇਸ ਤਰ੍ਹਾਂ ਆਏਗਾ ਬਾਰਡਰ ਵਾਲਾ ਰਫਲ ਵਾਲਾ ਜੋਰਜਟ ਪਿਓਰ ਦਾ ਲਹਿੰਗਾ ਜੀ ਇਹਦੇ ਨੀਚੇ ਇਹ ਸ਼ੋਰਟ ਸ਼ਰਟ ਦੇ ਨਾਲ ਲਹਿੰਗਾ ਹੈ ਮਤਲਬ ਲਾਚਾ ਡਰੈਸ ਵੀ ਤੁਸੀਂ ਕਹਿ ਸਕਦੇ ਹੋ ਇਹਨੂੰ ਨਾਲ ਦੁਪੱਟਾ ਵੀ ਦੇਵਾਂਗੇ ਆਹ ਬੈਕ ਡੋਰੀ ਹੈ ਬੈਕ ਤੇ ਬੂਟੀ ਤੇ ਹੈ ਬਾਰਡਰ ਆਏਗਾ ਸਾਰਾ ਹੈਂਡ ਵਰਕ ਦਾ ਨਾ ਬਾਰਡਰ ਦਾ ਕਲਰ ਬੜਾ ਯੂਨੀਕ ਹੈ ਆਹ ਦੇਖੋ ਸਾਰੀ ਟੋਨ ਟੂ ਟੋਨ ਵਰਕ ਹੈ ਕੋਈ ਓਵਰ ਕੰਟਰਾਸਟ ਨਹੀਂ ਹੈਗਾ ਸਿੰਗਲ ਮੈਚਿੰਗ ਦੇ ਵਿੱਚ ਬਣਿਆ ਦੁਪੱਟਾ ਜਿਹੜਾ ਆਏਗਾ ਸਕੈਲਪਿੰਗ ਦੇ ਵਿੱਚ ਹੈ ਸੀ ਗ੍ਰੀਨ ਕਲਰ ਆਏਗਾ ਜੀ ਇੰਗਲਿਸ਼ ਕਲਰ ਹੈ ਵੀ ਬਹੁਤ ਐਲੀਗੈਂਟ ਹੈ ਪ੍ਰੋਪਰ ਪਾਰਟੀ ਵੇਅਰ ਲੁੱਕ ਦੀ ਆਈਟਮ ਹੈ ਆਹ ਦੁਪੱਟਾ ਜਿਹੜਾ ਸਕੈਲਪਿੰਗ ਦੇ ਵਿੱਚ ਨੇੜੇ ਕਰਕੇ ਸ਼ੋ ਕਰ ਰਿਹਾ ਦੁਪੱਟਾ ਵੀ ਸਕੈਲਪਿੰਗ ਦੇ ਵਿੱਚ ਦੁਪੱਟਾ ਬਣਿਆ ਜੀ ਸ਼ੋਰਟ ਸ਼ਰਟ ਦੇ ਨਾਲ ਲਹਿੰਗਾ ਆਈਟਮ ਨੰਬਰ ਅੱਜ ਦੀ ਹੈਗੀ 11 ਰੇਟ ਆਏਗਾ 27,150 27,150 ਆਈਟਮ ਨੰਬਰ 11
ਨੈਕਸਟ ਆਰਟੀਕਲ ਹੈਗਾ ਥੋੜਾ ਡਿਫਰੈਂਟ ਹੈ ਇਹਦਾ ਕੱਟ ਸਟਾਈਲ ਥੋੜਾ ਵੈਸਟਰਨ ਲਹਿੰਗਾ ਚੋਲੀ ਹੈ ਕਲਰ ਆਏਗਾ ਡਾਰਕ ਮਤਲਬ ਬਲੂ ਡਾਰਕ ਬਲੂ ਹੈ ਬਿਲਕੁਲ ਕਾਰਬਨ ਬਲੂ ਹੈ ਜਿਹੜਾ ਨਾ ਡਾਰਕ ਬਿਲਕੁਲ ਉਹ ਕਲਰ ਹੈ ਚੋਲੀ ਆਏਗੀ ਇਸ ਤਰ੍ਹਾਂ ਬੈਲ ਬਾਜ਼ੂ ਨਾਲ ਪ੍ਰਿੰਟਿਡ ਹਲਕੀ ਹਲਕੀ ਜ਼ਰੀ ਬੂਟੀ ਬਣੀ ਹੋਈ ਹੈ ਨੈਕ ਲਾਈਨ ਬਣੀ ਹੋਈ ਹੈ ਆਊਟ ਲਾਈਨਿੰਗ ਕੀਤੀ ਹੋਈ ਹੈ ਜੀ ਪ੍ਰਿੰਟਡ ਚੋਲੀ ਹੈ ਉਹਦੇ ਉੱਪਰ ਵਰਕ ਹੋਇਆ ਲਹਿੰਗਾ ਵੀ ਸਾਰਾ ਵਰਕ ਵਾਲਾ ਹੈ ਦੇਖੋ ਜੋਰਜਟ ਦਾ ਪਿਓਰ ਦਾ ਲਹਿੰਗਾ ਬਨਾਰਸੀ ਖੱਡੀ ਦੇ ਵਿੱਚ ਵੀਵਿੰਗ ਵਰਕ ਦਾ ਲਹਿੰਗਾ ਜੀ ਖੱਡੀ ਦਾ ਨਾਲ ਕੰਟਰਾਸਟ ਬਾਰਡਰ ਆ ਗਿਆ ਇਸਦਾ ਮਰੂਨ ਇਹਦਾ ਵੀ ਬੈਕ ਵੀ ਸ਼ੋ ਕਰਦੇ ਰਾਜੇ ਆਹ ਬੈਕ ਆਏਗੀ ਜੀ ਬੜੀ ਹੀ ਪਿਆਰੀ ਚੋਲੀ ਬਣੀ ਹੈ ਕੱਟ ਸਟਾਈਲ ਅੱਛਾ ਚੋਲੀ ਦਾ ਵੀ ਨਾ ਗਰਲਿਸ਼ ਲੁੱਕ ਦੇ ਵਿੱਚ ਚੋਲੀ ਹੈ ਆਹ ਦੇਖੋ ਆਹ ਲੁੱਕ ਆਏਗੀ ਬੈਕ ਤੋਂ ਆਹ ਲਹਿੰਗੇ ਦੀ ਲੁੱਕ ਹੈ ਜੀ ਸੇਮ ਫਰੰਟ ਬੈਕ ਬਣੀ ਹੋਈ ਹੈ ਨਾਲ ਦੁਪੱਟਾ ਜਿਹੜਾ ਦਿਆਂਗੇ ਤੁਹਾਨੂੰ ਰਫਲ ਦਾ ਇਹ ਵੀ ਪਿਓਰ ਜੋਰਜਟ ਦਾ ਲਾਈਟ ਵੇਟ ਪਾਰਟੀ ਵੇਅਰ ਲੁੱਕ ਆਈਟਮ ਲਹਿੰਗਾ ਚੋਲੀ ਹੈ ਜੀ ਇਹ ਥੋੜਾ ਵੈਸਟਰਨ ਲੁੱਕ ਦੇ ਵਿੱਚ ਆਏਗਾ ਇਸ ਤਰ੍ਹਾਂ ਆਏਗਾ ਰਫਲ ਦਾ ਦੁਪੱਟਾ ਚੌਕਸ ਸਟਾਈਲ ਆਹ ਦੁਪੱਟਾ ਆਏਗਾ ਜੀ ਮੈਰੂਨ ਕਲਰ ਦਾ ਕੰਟਰਾਸਟ ਦੁਪੱਟਾ ਔਰਗੈਂਜ਼ਾ ਦਾ ਰਫਲ ਸਟਾਈਲ ਚ ਦੁਪੱਟਾ ਹੈ ਆਈਟਮ ਨੰਬਰ ਇਹ ਹੈਗੀ ਅੱਜ ਦੀ 12 ਰੇਟ ਆਏਗਾ 21,360 21,360 ਆਈਟਮ ਨੰਬਰ 12 ਨੈਕਸਟ ਆਰਟੀਕਲ ਵੀ ਉਹ ਵੀ ਲਹਿੰਗਾ ਚੋਲੀ ਚ ਹੈ ਪਰ ਕਲਰ ਕੋਂਬੀਨੇਸ਼ਨ ਡਿਫਰੈਂਟ ਹੈ ਜੋ ਕਿ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਨਾ ਮਹਿੰਦੀ ਕਲਰ ਆਹ ਲੁੱਕ ਆਏਗੀ ਪੀਕੋਕ ਗ੍ਰੀਨ ਕਲਰ ਦੀ ਚੋਲੀ ਹੈ ਜੀ ਚੋਲੀ ਸਾਰੀ ਹੈਗੀ ਬਨਾਰਸੀ ਇਹਦੇ ਉੱਪਰ ਸਾਰਾ ਵਰਕ ਹੋਇਆ ਹੈਂਡ ਦਾ ਗੋਟਾ ਪੱਟੀ ਦਾ ਦਬਕਾ ਹੈ ਕਟਦਾਣਾ ਸਿਲਿਆ ਹੋਇਆ ਫਾਈਨ ਵਰਕ ਹੈ ਬਾਜ਼ੂ ਨਾਲ ਲੱਗੇ ਹੋਏ ਨੇ ਜੀ ਆਹ ਲੋ ਆਹ ਲੁੱਕ ਆਣਗੇ ਸਲੀਵਸ ਦੇ ਵੀ ਪੀਕੋਕ ਬਲੂ ਗ੍ਰੀਨ ਕਲਰ ਦੀ ਚੋਲੀ ਆਏਗੀ ਨਾਲ ਲਹਿੰਗਾ ਆਏਗਾ ਮਹਿੰਦੀ ਕਲਰ ਦਾ ਲਹਿੰਗੇ ਤੇ ਵੀ ਪੂਰਾ ਫਰਕ ਹੈ ਦੇਖੋ ਆਹ ਲੋ ਸਾਰਾ ਜ਼ਰੀ ਔਰ ਪਿੱਟੇ ਨਾਲ ਸਿਲਿਆ ਹੋਇਆ ਜੀ ਸੀਕਵੈਂਸ ਜਰੀ ਪਿੱਟਾ ਮਿਕਸ ਹੋਏਗਾ ਬਿਊਟੀਫੁਲ ਮਹਿੰਦੀ ਕਲਰ ਹੈ ਜੀ ਆਹ ਲੁੱਕ ਆਏਗੀ ਪੀਸ ਦੀ ਕਮਾ ਦੇ ਬੇਟਾ ਆਹ ਇਹਦੀ ਬੈਕ ਹੈਗੀ ਫਲੇਅਰ ਵੀ ਅੱਛਾ ਹੈ ਔਰ ਲੁੱਕ ਵੀ ਹੈਵੀ ਹੈ ਪਰ ਵੇਟ ਨਹੀਂ ਹੈ ਹੈਵੀ ਲਾਈਟ ਵੇਟ ਹੈ ਆਹ ਡੋਰੀ ਆਏਗੀ ਬੈਕ ਤੇ ਡੋਰੀ ਦੇ ਇਹ ਹੈਗਾ ਪਿਕੋ ਗ੍ਰੀਨ ਦੇ ਨਾਲ ਮਹਿੰਦੀ ਦਾ ਕੋਂਬੀਨੇਸ਼ਨ ਹੈ ਜੀ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਬਣਿਆ ਡਿਜ਼ਾਇਨਰ ਦੁਪੱਟਾ ਹੈ ਜੀ ਇਹਦਾ ਆਹ ਦੁਪੱਟਾ ਦੇਖੋ ਕਿੰਨਾ ਬਿਊਟੀਫੁਲ ਹੈ ਆਹ ਦੁਪੱਟਾ ਪਿਕੋ ਬਲੂ ਕਲਰ ਦਾ ਦੁਪੱਟਾ ਆਏਗਾ ਨਾਲ ਆਹ ਦੁਪੱਟਾ ਜੀ ਛੜੀਆਂ ਬਣੀਆਂ ਦੁਪੱਟੇ ਦੇ ਵਿੱਚ ਔਰਗੈਂਜ਼ਾ ਦਾ ਦੁਪੱਟਾ ਹੈ ਮਿਰਰ ਵਰਕ ਹੈ ਸਮੋਸਾ ਲੇਸ ਆਏਗੀ ਆਲ ਓਵਰ ਲੁੱਕ ਲਹਿੰਗਾ ਚੋਲੀ ਦੀ ਆਹ ਦੇਖ ਲਓ ਆਈਟਮ ਨੰਬਰ ਅੱਜ ਦੀ ਹੈਗੀ ਹੈ 13 ਰੇਟ ਆਏਗਾ 21,190 21,190 ਆਈਟਮ ਨੰਬਰ 13 ਹੁਣ ਜਿਹੜੀ ਤੁਹਾਨੂੰ ਆਈਟਮ ਦਿਖਾਉਣ ਜਾ ਰਹੀ ਨਾ ਸਾਡੇ ਕੋਲ ਇਹ ਆਈਟਮ ਬਹੁਤ ਚੱਲਦੀ ਹੈ ਇਹਦਾ ਵਰਕ ਦੀ ਨਾ ਗੱਲਬਾਤ ਹੀ ਅਲੱਗ ਹੈ ਇਹਦੀ ਕਲਰ ਮੈਚਿੰਗ ਦੀ ਇਹਦੇ ਸਟਾਈਲ ਦੀ ਜਿੰਨੀ ਵੀ ਇਹਦੀ ਅਨਾਰਕਲੀ ਜਾਂਦੀ ਹੈ ਜਾਂ ਲਹਿੰਗਾ ਚੋਲੀ ਆਉਂਦੇ ਨੇ ਬੜੇ ਲਾਈਕ ਕੀਤੇ ਜਾਂਦੇ ਨੇ ਆਹ ਦੇਖੋ ਆਈਸ ਬਲੂ ਸਕਾਈ ਬਲੂ ਕਲਰ ਹੈ ਜੀ ਸਾਰਾ ਥਰੈਡ ਵਰਕ ਦੇ ਵਿੱਚ ਕਲਰ ਮੈਚਿੰਗ ਦੇਖੋ ਸਕਾਈ ਬਲੂ ਨਾਲ ਨਾ ਬਈ ਸੋਚ ਤੋਂ ਪਰੇ ਕਲਰ ਮੈਚਿੰਗ ਆਉਂਦੀਆਂ ਨੇ ਇਸ ਤਰ੍ਹਾਂ ਕੋਟ ਸਟਾਈਲ ਬਣਿਆ ਸ਼ਾਰਟ ਸ਼ਰਟ ਦੇ ਨਾਲ ਨਾ ਬਟਨ ਆਣਗੇ ਪਿਓਰ ਜੋਰਜਟ ਦਾ ਕਨਸੈਪਟ ਹੈਗਾ ਜੀ ਨਾਲ ਇਹਦੇ ਲਹਿੰਗਾ ਆਏਗਾ ਨੀਚੇ ਸਕਰਟ ਹੈਗੀ ਹੈ ਜੋਰਜਟ ਦੀ ਜਿਹਦੇ ਉੱਪਰ ਬੂਟੀ ਹੈ ਸਾਰੀ ਆਲ ਓਵਰ ਆਹ ਲੁੱਕ ਆਏਗੀ ਪੀਸ ਦੀ ਬੈਕ ਤੋਂ ਵੀ ਦਿਖਾਉਂਦੇ ਹਾਂ ਸੇਮ ਬਣੀ ਹੈ ਬੈਕ ਫਰੰਟ ਸੇਮ ਬਣੇਗੀ ਜੀ ਆਹ ਇਹਦੀ ਬੈਕ ਆਏਗੀ ਬੈਕ ਤੇ ਵੀ ਸੇਮ ਵਰਕ ਹੈ ਸ਼ੋਰਟ ਸ਼ਰਟ ਦੇ ਨਾਲ ਦੁਪੱਟਾ ਵੀ ਹੈਗਾ ਇਹਦੇ ਨਾਲ ਨੈਟ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਲਟਕਨਸ ਵਗੈਰਾ ਆਣਗੇ ਅੱਛੇ ਫਾਈਨ ਦੁਪੱਟਾ ਵੀ ਅੱਛਾ ਬਣਿਆ ਨੈਟ ਦਾ ਫੋਰ ਸਾਈਡ ਬਾਰਡਰ ਹੈ ਵਿੱਚ ਲਟਕਣ ਲੱਗੇ ਨੇ ਆਹ ਦੇਖੋ ਮਤਲਬ ਬੁਟੀਕ ਸਟਾਈਲ ਆਈਟਮ ਹੈਗਾ ਜੀ ਪ੍ਰੋਪਰ ਆਈਸ ਬਲੂ ਕਲਰ ਆਏਗਾ ਸਕਾਈ ਬਲੂ ਦੇ ਵਿੱਚ ਨਾਲ ਧਾਗੇ ਦਾ ਕੰਮ ਹੈ ਸਾਰਾ ਰੇਸ਼ਮ ਦਾ ਸ਼ੋਰਟ ਸ਼ਰਟ ਵਿਦ ਲਹਿੰਗਾ ਆਈਟਮ ਨੰਬਰ ਅੱਜ ਦੀ ਹੈਗੀ ਇਹ 14 ਜੀ ਰੇਟ ਆਏਗਾ 17,800 17,800 ਜੀ ਆਈਟਮ ਨੰਬਰ 14 ਇਹ ਤਾਂ ਮੈਂ ਪਾਇਆ ਛੇ ਹੀ ਨਹੀਂ ਦਿੱਤਾ ਸੀ ਨੈਕਸਟ ਆਰਟੀਕਲ ਵੀ ਲਹਿੰਗਾ ਚੋਲੀ ਚ ਹੈ ਕਲਰ ਇਹ ਵੀ ਹੈਗਾ ਜੀ ਆਪਣਾ ਮਹਿੰਦੀ ਕਲਰ ਇਹ ਹੈਗੀ ਸ਼ੋਰਟ ਇਸ ਤਰ੍ਹਾਂ ਚੋਲੀ ਬਣੀ ਹੈ ਹੈਂਡ ਵਰਕ ਦੀ ਸਾਰੇ ਸਟੈਪਸ ਹੈਗੇ ਨੇ ਕਲਰ ਬੜਾ ਪਿਆਰਾ ਇਹ ਇਹਨਾਂ ਕਲਰ ਜੀ ਕਾਫੀ ਲਾਈਕ ਕਰ ਰਹੇ ਕਸਟਮਰ ਇਸ ਕਲਰ ਨੂੰ ਫਰੰਟ ਵੀ ਓਪਨ ਹੈ ਆਹ ਦੇਖੋ ਨਾਲ ਆਹ ਚੋਲੀ ਦੇ ਵਰਕ ਹੈ ਆਹ ਲਹਿੰਗਾ ਆਏਗਾ ਸਾਰਾ ਬੂਟੀ ਵਾਲਾ ਸੀਕਵੈਂਸ ਦੇ ਵਿੱਚ ਜ਼ਰੀ ਦੇ ਵਿੱਚ ਜੋਰਜਟ ਪਿਓਰ ਦਾ ਲਹਿੰਗਾ ਹੈ ਟੂ ਪੀਸ ਲਹਿੰਗਾ ਚੋਲੀ ਇਹ ਲਾਈਟ ਵੇਟ ਹੈ ਰੇਂਜ ਸੁਣੋਗੇ ਤੁਸੀਂ ਕਹੋਗੇ ਪੈਕ ਕਰੋ ਜੀ ਇੰਨੀ ਰੀਜਨਬਲ ਰੇਂਜ 'ਚ ਆਇਆ ਆਹ ਬੈਕ ਆ ਗਈ ਚੋਲੀ ਦੀ ਆਹ ਲਹਿੰਗਾ ਆਏਗਾ ਸਾਰਾ ਵਰਕ ਵਾਲਾ ਆ ਲਓ ਜੀ ਲਓ ਬੇਟਾ ਦੁਪੱਟਾ ਲਗਾਓ ਦੁਪੱਟਾ ਜਿਹੜਾ ਸ਼ੋ ਕਰ ਰਹੇ ਹਾਂ ਜੀ ਉਹ ਗ੍ਰੀਨ ਹੈ ਜੀ ਕਲਰ ਆ ਲਓ ਡਾਰਕ ਗ੍ਰੀਨ ਦੁਪੱਟਾ ਆਏਗਾ ਨਾਲ ਕੰਟਰਾਸਟ ਦੁਪੱਟਾ ਹੈ ਮਹਿੰਦੀ ਇੰਟੂ ਗ੍ਰੀਨ ਲਓ
आइटम नंबर है IDA 15, रेट आएगा 11,030 ओनली जी। टू पीस लहंगा चोली है प्योर जॉर्जेट का, 15 नंबर आइटम है। आलो जी हम दिखा रहे हैं अनारकली, प्योर जॉर्जेट की अनारकली है जी, लाइट वेट। जिस तरह लड़की आके मंगती है ना भी कम ज्यादा ना हो, फ्लेयर हो, पूरा मसक वाले स्टाइल दे विच। आज दी नेक लाइन है, आ देख लो मुरे वर्क हो, आज दे फुल स्लीव से बाजू दे वर्क है, फुल बाजू आ गए जी थ्रेड वर्क दे, कंट्रास्ट पाइपिंग है मैरून कलर दी। आज दा फ्लेयर दे विच इस तरह प्लीट्स आ गए सारे प्योर जॉर्जेट दे, कलियां दे विच फ्लेयर बने हैं, डस्टी पिंक कलर, प्याजी पिंक कलर है जी। आ बैक आएगी, बैक जिपर है ठीक है जी, आ बैक जिप आएगी, बैक भी लाइट है, गर्लिश लुक है, बिल्कुल लाइट वेट, हल्का जहा नेक लाइन बनी है, बाजू ते फर्क है ठीक है। दुपट्टा जेड़ा आएगा कंट्रास्ट है मैरून कलर का, ऑनियन पिंक इनटू मैरून, लाइट वेट अनारकली है जी। नाल दुपट्टा जेड़ा आएगा कंट्रास्ट है, प्योर जॉर्जेट का ही दुपट्टा है, वर्क वाला दुपट्टा है, मैरून कलर का दुपट्टा नाल कंट्रास्ट, ऑनियन पिंक विद मैरून। आइटम नंबर 16, रेट आएगा 12,100, 12,100। आइटम नंबर 16, लो जी हुन आ गए लॉन्ग ड्रेसेस वाल, प्योर चनोन दी मोव कलर दी ड्रेस है जी, सिंगल पीस, काम देखना है तो सारा ऑक्सीडाइज दे विच है। आ देखो वर्क, देखो सारा ग्रे स्टोन वाला वर्क होता है ना, एंटीक लुक ए ओ हैगी है। आ स्लीव्स ने प्योर चनोन फैब्रिक है, पूरी बाजू ते भी वर्क आएगा, आ सारा बाजू ते वर्क है जी। आ देखो आ सारा हैंड वर्क होया बाजू ते कट दाने दा, आ इहदी बॉडी दी लुक है फ्रंट दी, श्रग स्टाइल बने पर ये अटैच ही है सारा, सिंगल ही है। आ कलियां आनगे सारी प्योर चनोन दियां, जिदे उपर बूटे बने हुए ने, सेम हैंड वर्क दे ना, आ बूटे बने हुए ने जी। आ लुक आएगी, मैं तुहानू घुमा के दिखावांगा ना, फिर तुहानू लुक पता चलेगी। इहदी बैक एज इट इज है, बैक ते भी वर्क है, बैक डोरी है, डीप है, आ बैक आई, ये मोव कलर दे विच है, प्योर चनोन दी ड्रेस हैगी है जी, सिंगल पीस, पूरा फ्लेयर है, घुमा दे बेटे एक बारी नूं, आ लो किन्ना प्यारा फ्लेयर है, देखो उपरों बॉडी फिटिंग, नीचे पूरा फ्लेयर आएगा। हाँ जी हाँ जी, शो कर रहे हैं सारी, देखो तुसी काफी अच्छे आर्टिकल ने, पसंद आने तो सारे। आलो दुपट्टा जेड़ा फोर साइड बॉर्डर है, नेट वाला दुपट्टा है, ब्यूटीफुल मोव कलर दी सिंगल ड्रेस पीस है जी, फ्लोटर ड्रेस आएगी। आइटम नंबर जेड़ी हैगी 17 इंच दी, रेट आएगा 15,270, 15,270। आइटम नंबर 17, नेक्स्ट आर्टिकल का कलर बड़ा यूनिक है जी, न्यूड कलर है जी एकदम। आ देखो ब्यूटीफुल चिकन काली दी अनारकली है, स्लीव्स देखो पहले सेल्फ वर्क वाले, थ्रेड वर्क वाले ना स्लीव्स ने, हल्की हल्की स्वीकन दी देखो टचिंग होएगी नाल दे, फुल बाजू है चिकन काली दी, प्योर अनारकली है, इस तरह आएगी जी। आलो लुक है नेक दी, बटन सान के फ्रंट ते योक बने हैं, आज दी कलियां शुरू होनगियां, कलियां दे विच भी पूरा वर्क है जी, बिल्कुल लाइट पिंक कलर है, बिल्कुल लाइट पिंक, पूरी वर्क वाली कलियां, एज इट इज बैक है, फ्रंट और बैक दोनों सेम बनी है। आ बैक आएगी, बैक डोरी है, जिपर है, बैक से बूटी है सारी थ्रेड दी, प्योर जॉर्जेट दी ड्रेस है की, सिंगल नाल दुपट्टा भी आएगा, दुपट्टा भी देंगे, पूरी कलियां वाली ड्रेस है जी, फ्लोटर ड्रेस है, दुपट्टा जेड़ा आएगा क्या बात है, दुपट्टा देखो कितना नाइस बने, वेरी एलिगेंट, सोबर जेंटली वर्क है सारा है। आ बॉर्डर बने हैं, फोर साइड बॉर्डर विद बूटी हैगी जी, प्योर जॉर्जेट का ही दुपट्टा है, यह सारा थ्रेड वर्क है, कोई ओवर शाइनी नहीं है, मैट फिनिश है। आ लुक आएगी पीस दी जी, ये नारकली थोड़ी उपर चक्कर है जी, नारकली बस इतने रख लो। आइटम नंबर 18 है जी, जी रेट आएगा 16,910, 16,910। आइटम नंबर 18, हम दिखा रहे थानू वेस्टर्न दे विच, ये ड्रेस नवी है, लॉन्च हुई है जी, कलर देखो चारकुल ग्रे जा कलर है। आलो जी आए दी ड्रेप स्टाइल है, वेस्टर्न लुक ड्रेस है जी, कलर बड़ा यूनिक है, काम देखो इंग्लिश कलर है, डस्टी डस्टी कलर है ना, आ कट दाने दा सारा ऑक्सीडाइज मटीरियल का काम से लिया है। आ वन साइड इस तरह आएगा, वन साइड इस तरह ड्रेप आएगी जी, आ शो होगी ड्रेप, फुल लेंथ ड्रेस है जी, बिच भी इस तरह ही ना, आ देखो लगे हुए ने सितारे जी, पूरी प्योर जॉर्जेट की सिंगल ड्रेस हैगी है, गाउन टाइप, ए विदाउट दुपट्टा आंदा जी,
ਆ ਬੈਕ ਵੀ ਸੋਹਣੀ ਬਣੀ ਹੋਈ ਹੈ ਆਹ ਬੈਕ ਹੈਗੀ ਹੈ ਇਹ ਡਰੇਪ ਸਟਾਈਲ ਚ ਬਣੀ ਇਸ ਤਰ੍ਹਾਂ ਆਹ ਡਰੇਪ ਆਏਗੀ ਸਾਈਡ ਤੇ ਆਹ ਬੈਕ ਹੈਗੀ ਇਹਦੀ ਸਿੰਗਲ ਪੀਸ ਡਰੈਸ ਹੈ ਵਿਦਆਊਟ ਦੁਪੱਟਾ ਜੀ ਕਲਰ ਇੰਗਲਿਸ਼ ਹੈ ਆਈਟਮ ਨੰਬਰ ਜਿਹੜੀ ਹੈਗੀ ਜੀ ਇਹ ਅੱਜ ਦੀ 19 ਹੈ 19 ਨੰਬਰ ਆਈਟਮ ਹੈ ਰੇਟ ਆਏਗਾ 17,010 17,010 ਆਈਟਮ ਨੰਬਰ 19 ਲੋ ਜੀ ਹੁਣ ਦਿਖਾਨੇ ਤੁਹਾਨੂੰ ਅੱਜ ਦੀ ਲਾਸਟ ਆਈਟਮ ਜੋ ਕਿ ਸ਼ਰਾਰੇ ਦੇ ਨਾਲ ਹੈਗੀ ਹੈ ਕਲਰ ਆਏਗਾ ਪਰਪਲ ਮੋਵ ਕਲਰ ਹੈਗਾ ਜੋ ਕਿ ਰੋ ਸਿਲਕ ਪਿਓਰ ਦੇ ਉੱਪਰ ਕੰਮ ਕੀਤਾ ਹੋਇਆ ਸਾਰਾ ਇਹਦਾ ਤੁਹਾਨੂੰ ਨੇੜੇ ਕਰਕੇ ਦਿਖਾਨੇ ਆ ਆਹ ਲੁੱਕ ਹੈਗੀ ਜੀ ਪੀਸ ਦੀ ਪੂਰੀ ਸ਼ਰਟ ਹੈਵੀ ਹੈ ਜੀ ਹੈਂਡ ਵਰਕ ਦੀ ਇਹਤੇ 2-4 ਮਿੰਟ ਲਗਾਉਂਦੇ ਤੁਹਾਨੂੰ ਬਾਜ਼ੂ ਵੀ ਦਿਖਾਨੇ ਆ ਤੇ ਵਰਕ ਵੀ ਦਿਖਾਨੇ ਆ ਪਿਓਰ ਸਿਲਕ ਦੀ ਸ਼ਰਟ ਬਣੀ ਇਸ ਤਰ੍ਹਾਂ ਵੀ ਨੈਕ ਦੇ ਵਿੱਚ ਆ ਬਾਜ਼ੂ ਦੇਖੋ ਡਿਜ਼ਾਈਨਰ ਪ੍ਰੋਪਰ ਡਿਜ਼ਾਈਨਰ ਸਲੀਵਸ ਨੇ ਜੀ ਪੂਰੀ ਵਰਕ ਹੈ ਇੱਥੇ ਤੱਕ ਅੱਗੇ ਨੈਟ ਦੇ ਆਣਗੇ ਸਰ ਰਫਲ ਦੇ ਵਿੱਚ ਫ੍ਰਿਲ ਲੱਗੀ ਹੋਈ ਹੈ 4 ਸਾਈਡ ਬਾਰਡਰ ਆ ਇਹਦੀ ਸ਼ਰਟ ਦੇ ਵਰਕ ਹੈ ਜੀ ਸਰ ਟੋਟਲ ਹੈਂਡ ਵਰਕ ਹੈ ਜੁਐਲਰੀ ਦਾ ਵਰਕ ਹੈ ਠੀਕ ਹੈ ਆ ਇਹਦਾ ਸ਼ਰਾਰਾ ਆਏਗਾ ਨਾਲ ਨੀਚੇ ਇਸ ਤਰ੍ਹਾਂ ਹੀ ਬਾਰਡਰ ਵਾਲਾ ਸ਼ਰਾਰਾ ਹੈ ਫ੍ਰਿਲ ਵਾਲਾ ਲੇਅਰਸ ਵਾਲਾ ਨਾ ਸ਼ਰਾਰਾ ਆਏਗਾ ਆ ਇਹਦੀ ਬੈਕ ਹੈਗੀ ਆਹ ਦੇਖੋ ਆਹ ਬੈਕ ਤੇ ਵਰਕ ਹੈ ਡੋਰੀ ਹੈ ਬੈਕ ਤੇ ਪਿਓਰ ਸਿਲਕ ਦਾ ਤੇ ਜੋਰਜਟ ਦਾ ਸ਼ਰਾਰਾ ਇਹਦੇ ਨਾਲ ਇਹ ਸਾਡੀ ਨਾ ਅੱਜ ਦੀ ਲਾਸਟ ਆਈਟਮ ਹੈ ਜੀ ਸ਼ੋਰਟ ਸ਼ਰਟ ਦੇ ਨਾਲ ਸ਼ਰਾਰਾ ਬਿਊਟੀਫੁਲ ਮੋਵ ਕਲਰ ਹੈਗਾ ਸਾਰਾ ਹੈਂਡ ਵਰਕ ਹੈਗਾ ਜੀ ਕੈਟ ਲੁੱਕ ਦੇ ਪੀਸ ਹੈ ਡਿਜ਼ਾਈਨਰ ਦੇ ਸਭ ਸਿੰਗਲ ਸਿੰਗਲ ਆਉਂਦੇ ਨੇ ਦੁਪੱਟਾ ਜਿਹੜਾ ਆਏਗਾ ਇਸ ਤਰ੍ਹਾਂ ਰਫਲ ਦੇ ਵਿੱਚ 4 ਸਾਈਡ ਬਾਰਡਰ ਹੈ ਨੈਟ ਦਾ ਦੁਪੱਟਾ ਹੋਏਗਾ ਆਹ ਦੁਪੱਟਾ ਜੀ ਆਲ ਓਵਰ ਲੁੱਕ ਦੇਖੋ ਪੂਰੀ ਮੈਂ ਦਿਖਾਉਂਦਾ ਪਿਕਚਰ ਇਹਦੀ ਆਹ ਲੁੱਕ ਹੈਗੀ ਹੈ ਪੀਸ ਇਹ ਸਾਡੀ ਅੱਜ ਦੀ ਲਾਸਟ ਆਈਟਮ ਹੈ ਜੀ ਆਹ ਲਾਸਟ ਆਈਟਮ ਹੈ 20 ਰੇਟ ਆਏਗਾ 23,510 23,510 ਵੀ ਨੰਬਰ ਆਈਟਮ ਹੈ ਜੀ ਅੱਜ ਦੀ ਠੀਕ ਹੈ ਜੀ ਤੇ ਨੈਕਸਟ ਵੀਡੀਓ ਵੀ ਰੇਡੀ ਹੈ ਤੇ ਦੁਬਾਰਾ ਵੀਡੀਓ ਪਾਉਣ ਵਾਲੇ ਨੇ ਸੂਟਾਂ ਦੀ ਤੇ ਥੋੜਾ ਜਿਹਾ ਮੈਂ ਕਾਲੀ ਕਰ ਰਿਹਾ ਇਸ ਕਰਕੇ ਆ ਲਓ ਸਾਡੇ ਵਟਸਐਪ ਨੰਬਰ ਨੋਟ ਕਰੋ ਇੱਕ ਵਾਰੀ ਨੈਕਸਟ ਵੀਡੀਓ ਵੀ ਥੋੜੀ ਦੇਰ ਚ ਪੈ ਰਹੀ ਹੈ ਉਹ ਸੂਟਾਂ ਦੀ ਵੀਡੀਓ ਹੋਏਗੀ ਆ ਲਓ ਆਹ ਸਾਡੇ ਵਟਸਐਪ ਨੰਬਰ ਨੇ ਇਹ ਨੋਟ ਕਰ ਲਓ ਤੁਸੀਂ ਜਿਹੜਾ ਵੀ ਆਰਟੀਕਲ ਪਸੰਦ ਹੋਵੇ ਆਪ ਆਪਣਾ ਨੰਬਰ ਨੋਟ ਕਰਕੇ ਨਾ ਸਕਰੀਨਸ਼ੋਟ ਲੈ ਕੇ ਜਾਂ ਮੈਸੇਜ ਕਰਕੇ ਫੋਨ ਕਰਕੇ ਆਪਣਾ ਆਰਟੀਕਲ ਬੁੱਕ ਕਰਵਾ ਸਕਦੇ ਠੀਕ ਹੈ ਜੀ ਅੱਜ ਦੇ ਲਈ ਇੰਨਾ ਹੀ ਦੁਬਾਰਾ ਫੇਰ ਥੋੜੀ ਦੇਰ ਚ ਲਾਈਵ ਹੋ ਰਿਹਾ ਸੂਟ ਲਈ ਸਭ ਨੂੰ ਓਕੇ ਬਾਏ ਸਤਿ ਸ੍ਰੀ ਅਕਾਲ ਜੀ ਓਕੇ